ਜੀ ਬੇਟਾ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਅੱਜ ਇਸ ਵੀਡੀਓ ਵਿੱਚ ਆਪਾਂ ਤੁਹਾਡੀ ਛੇਵੀਂ ਜਮਾਤ ਲਈ ਸਾਇੰਸ ਦੀਆਂ ਵਰਕਸ਼ੀਟਾਂ ਦਾ ਹੱਲ ਦੇਖਾਂਗੇ ਅੱਜ ਆਪਾਂ ਬੇਟਾ ਪਾਰਟ 3 ਕਰਾਂਗੇ ਤੀਜਾ ਭਾਗ ਅਗਰ ਤੁਸੀਂ ਪਹਿਲੇ ਦੋ ਭਾਗ ਨਹੀਂ ਵੇਖੇ ਤਾਂ ਤੁਸੀਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚੋਂ ਲਿੰਕ ਚੈੱਕ ਕਰਕੇ ਦੇਖ ਸਕਦੇ ਹੋ ਜਾਂ ਇਸ ਵੀਡੀਓ ਦੇ ਐਂਡ ਦੇ ਵਿੱਚ ਵੀ ਤੁਹਾਨੂੰ ਇੱਕ ਵੀਡੀਓ ਦਿਖਾਈ ਦੇਗੀ ਠੀਕ ਹੈ ਪਲੇਲਿਸਟ ਦੇ ਵੀਡੀਓ ਦਿਖਾਈ ਦੇਗੀ ਤੁਸੀਂ ਉਸ ਤੇ ਕਲਿੱਕ ਕਰਕੇ ਪਹਿਲਾ ਵਾਲੇ ਭਾਗ ਆ ਜਿਹੜੇ ਉਹ ਵੀ ਦੇਖ ਸਕਦੇ ਆ ਇਹ ਤੁਹਾਡੇ ਲਈ ਸਾਇੰਸ ਵਰਕਸ਼ੀਟਾਂ ਦਾ ਹਾਲਾ ਬੇਟਾ ਇਹ ਬਹੁਤ ਮਹੱਤਵਪੂਰਨ ਕੁਐਸਚਨ ਨੇ ਤੁਹਾਡੇ ਫਾਈਨਲ ਇਗਜ਼ਾਮ ਲਈ ਠੀਕ ਹੈ ਜੀ ਅੱਜ ਅਪਾ ਚੈਪਟਰ ਕਰ ਕਰਦੇ ਆ ਡਿਸਕਸ ਅੱਜ ਆਪਣੀ ਵੀਡੀਓ ਚੈਪਟਰ ਹੈ ਆਪਣਾ ਸਰੀਰ ਵਿੱਚ ਗਤੀ ਇਸ ਦੀ ਵਰਕਸ਼ੀਟ ਹੈ ਫਰਸਟ ਕੁਐਸਚਨ ਰੇਖਾ ਨੇ ਅਨੁਭਵ ਕੀਤਾ ਕਿ ਸਾਡੇ ਸਰੀਰ ਵਿੱਚ ਕਈ ਥਾਵਾਂ ਤੇ ਹੱਡੀਆਂ ਆਪਸ ਵਿੱਚ ਜੁੜੀਆਂ ਹੋਈਆਂ ਹਨ ਹੱਡੀਆਂ ਦੇ ਜੋੜ ਸਰੀਰ ਲਈ ਕਿਸ ਕੰਮ ਵਿੱਚ ਸਹਾਇਕ ਹੁੰਦੀ ਹਨ ਵੀ ਗਤੀ ਕਰਨ ਵਿੱਚ ਸਹਾਇਕ ਹੁੰਦੇ ਬਲੂਕੀ ਸਰੀਰ ਵਿੱਚ ਹੱਡੀਆਂ ਦੀ ਸੰਖਿਆ ਕਿੰਨੀ ਹੁੰਦੀ ਹੈ ਵੀ ਬਹੁਤ ਇੰਪੋਰਟੈਂਟ ਹੈ 206 ਨਵਜਮ ਨਵਜਮਿਆ ਜਿਹੜਾ ਬੱਚਾ ਹੁੰਦਾ ਉਹਦੇ ਵਿੱਚ ਬੇਟਾ 300 ਹੱਡੀਆਂ ਦੀ ਸੰਖਿਆ ਹੁੰਦੀ ਹੈ ਬਾਅਦ ਦੇ ਵਿੱਚ ਕੁਝ ਹੱਡੀਆਂ ਵਿਕਸਿਤ ਹੁੰਦੀਆਂ ਜਾਂਦੀਆਂ ਛੋਟੀਆਂ ਹੱਡੀਆਂ ਜਿਹੜੀਆਂ ਖਤਮ ਹੁੰਦੀਆਂ ਜਾਂਦੀਆਂ ਤਾਂ 206 ਰਹਿ ਜਾਂਦੀ ਹੈ ਠੀਕ ਹੈ ਇੱਕ ਘਟਨਾ ਵਿੱਚ ਰਾਣੀ ਦੇ ਭਰਾ ਦੀ ਬਾਹ ਤੇ 6:00 ਵਜੇ ਡਾਕਟਰ ਨੇ ਉਸ ਦੇ ਹੱਡੀਆਂ ਦੇ ਆਕਾਰ ਦੀ ਜਾਂਚ ਕਰ ਲਈ ਇੱਕ ਟੈਸਟ ਕਰਵਾਉਣ ਲਈ ਕਿਹਾ ਉਹ ਟੈਸਟ ਲਿਖੇ ਵਿੱਚੋਂ ਕਿਹੜਾ ਸੀ ਤਾਂ ਕਿਹੜਾ ਟੈਸਟ ਆਪਾਂ ਕਰਵਾਉਣੀ ਹੈ ਜਦੋਂ ਕੋਈ ਹੱਡੀ ਦਾ ਕੋਈ ਨੁਕਸਾਨ ਹੋ ਜਾਂਦਾ ਐ ਐਕਸ ਰੇ ਠੀਕ ਹੈ ਰਗੇਸ਼ ਨੇ ਅਨੁਭਵ ਕੀਤਾ ਕਿ ਸਾਡੀ ਕੂਣੀ ਪਿੱਛੇ ਵੱਲ ਨੂੰ ਨਹੀਂ ਮੁੜ ਸਕਦੀ ਕੂਣੀ ਵਿੱਚ ਕਿਸ ਕਿਸਮ ਦਾ ਜੋੜ ਦਾ ਹੈ ਕੂਣੀ ਵਿੱਚ ਕਿਸ ਕਿਸਮ ਦਾ ਜੋੜ ਹੁੰਦਾ ਵੀ ਕਬਜੇਦਾਰ ਜੋੜ ਨੈਕਸਟ ਕੁਐਸਚਨ ਕਸਰਤ ਕਰਦੇ ਸਮੇ ਆਪਣੇ ਅਸੀਂ ਆਪਣੇ ਸਿਰ ਨੂੰ ਅੱਗੇ ਪਿੱਛੇ ਸੱਜੇ ਖੱਬੇ ਅਸਾਨਾ ਕਮਾ ਲੈਂਦੇ ਹਾਂ ਸਾਡੀ ਗਰਦਨ ਅਤੇ ਸਿਰ ਨੂੰ ਜੋੜਨ ਵਾਲਾ ਜੋੜ ਕਿਹੜੀ ਕਿਸਮ ਦਾ ਜੋੜ ਹੁੰਦਾ ਹੈ ਵੀ ਕੇਂਦਰੀ ਜੋੜ ਜਿਹੜਾ ਜੋੜ ਹੁੰਦਾ ਵੀ ਕੇਂਦਰੀ ਜੋੜ ਜਿਸ ਕਰਕੇ ਅਸੀਂ ਅੱਗੇ ਪਿੱਛੇ ਸੱਜੇ ਖੱਬੇ ਕਮਾ ਸਕਦੇ ਸਾਡੇ ਸਰੀਰ ਵਿੱਚ ਹੱਡੀਆਂ ਦਾ ਇੱਕ ਢਾਲਜਾ ਮੇਦੇ ਦੇ ਹੇਠਾਂ ਵਾਲੇ ਵੱਖ-ਵੱਖ ਅੰਗਾਂ ਨੂੰ ਰੱਖਿਆ ਕਰਦਾ ਹੈ ਇਹ ਹੇਠਾਂ ਇਹਠ ਦਰਸਾਇਆ ਵਿੱਚੋਂ ਕਿਹੜਾ ਹੈ ਕਿਹੜਾ ਵੀ ਪਸਲੀ ਪਿੰਜਰ ਠੀਕ ਹੈ ਪਸਲੀ ਗਿਆ ਦਾ ਪਿੰਜਰ ਬਣਿਆ ਹੋਇਆ ਉਹ ਕਰਦਾ ਰੱਖਿਆ ਕਬਜੇਦਾਰ ਜੋੜ ਸਾਡੇ ਸਰੀਰ ਦੇ ਕਿਹੜੇ-ਕਿਹੜੇ ਭਾਗਾਂ ਵਿੱਚ ਹੁੰਦਾ ਕੂਣੀ ਵਿੱਚ ਵੀ ਹੁੰਦਾ ਗੋਡੇ ਵਿੱਚ ਵੀ ਹੁੰਦਾ ਮਤਲਬ ਈਡੀ ਆਪਸ਼ਨ ਸਾਡੀ ਚਾਹੀਦੀ ਊੜਾ ਤਿਆੜਾ ਦੋਨਾਂ ਵਿੱਚ ਕਸਰਤ ਕਰਦੇ ਸਮੇਂ ਮਕੇਸ਼ ਨੇ ਵੇਖਿਆ ਕਿ ਸਾਡਾ ਮੋਢਾ ਸਾਰੀਆਂ ਦਿਸ਼ਾਵਾਂ ਵਿੱਚ ਗਤੀ ਕਰ ਸਕਦਾ ਹੈ ਮੋੜੇ ਵਿੱਚ ਕਿਸ ਕਿਸਮ ਦਾ ਜੋੜ ਕਿਸ ਕਿਸਮ ਦਾ ਜੋੜ ਹੈ ਇਸ ਨੂੰ ਇਸ ਪ੍ਰਕਾਰ ਦੀ ਗਤੀ ਪ੍ਰਦਾਨ ਕਰਦਾ ਹੈ ਮੋੜੇ ਵਿੱਚ ਕਿਹੜਾ ਜੋੜ ਹੈ ਵੀ ਸਾਰੀਆਂ ਦਿਸ਼ਾਵਾਂ ਵਿੱਚ ਮੋੜਾ ਜਿਹੜਾ ਆਪਣਾ ਗਤੀ ਕਰ ਸਕਦਾ ਹੈ ਮੋੜੇ ਵਿੱਚ ਕਿਹੜਾ ਜੋੜ ਹੈ ਕੁੰਡੀ ਡੋਡਾ ਜੋੜ ਠੀਕ ਹੈ ਮੋੜੇ ਵਿੱਚ ਇਹ ਜੋੜ ਹੈ ਨੈਕਸਟ ਕੁਐਸਚਨ ਪੰਛੀ ਆਸਾਨੀ ਨਾਲ ਉੱਡ ਸਕਦੇ ਹਨ ਕਿਉਂਕਿ ਉਹਨਾਂ ਦਾ ਸਰੀਰ ਉੱਡਣ ਲਈ ਅਨੁਕੂਲ ਹੁੰਦਾ ਹੈ ਉਹਨਾਂ ਦੀਆਂ ਹੱਡੀਆਂ ਦੀ ਕਿਹੜੀ ਵਿਸ਼ੇਸ਼ਤਾ ਇਸ ਕੰਮ ਵਿੱਚ ਸਹਾਇਤਾ ਕਰਦੀ ਹੈ ਸਹੀ ਵਿਕਲਪ ਦੀ ਚੋਣ ਕਰੋ ਇਸ ਲਈ ਸਹੀ ਵਿਕਲਪ ਕੀ ਹੈ ਵੀ ਉਹਨਾਂ ਦੀਆਂ ਹੱਡੀਆਂ ਖੋਖਲੀਆਂ ਹੁੰਦੀਆਂ ਤੇ ਹਲਕੀਆਂ ਹੁੰਦੀਆਂ ਜਿਸ ਨਾਲ ਉਹ ਆਸਾਨੀ ਨਾਲ ਉੱਡ ਸਕਦੇ ਹਨ ਸਾਡੇ ਪਿੰਜਰ ਦੇ ਕੁਝ ਵਧੇਰੇ ਹਿੱਸੇ ਵੱਧ ਜ਼ਿਆਦਾ ਹਿੱਸੇ ਉਹ ਹਨ ਜੋ ਹੱਡੀਆਂ ਵਾਂਗ ਸਖਤ ਨਹੀਂ ਆ ਆਸਾਨਾ ਮੁੜ ਜਾਂਦੇ ਹਨ ਕਿ ਤੁਸੀਂ ਉਹਨਾਂ ਦਾ ਨਾਮ ਦੱਸ ਸਕਦੇ ਹੋ ਵੀ ਉਹਨਾਂ ਨੂੰ ਅਸੀਂ ਕੀ ਬੋਲਦੇ ਹਾਂ ਉਪਹਸਤੀ ਠੀਕ ਹੈ ਨੈਕਸਟ ਸਾਡੀ ਖੋਪੜੀ ਦੀ ਕਿਹੜੀ ਹੱਡੀ ਗਤੀ ਕਰ ਸਕਦੀ ਹੈ ਕਿਹੜੀ ਹੱਡੀ ਹੈ ਜਿਹੜੀ ਆਪਣੀ ਗਤੀ ਕਰ ਸਕਦੀ ਹੈ ਵੀ ਹੀਟਲਾ ਜਵੜਾ ਹੀਟਲਾ ਜਵੜਾ ਜਿਹੜਾ ਹੋ ਗਤੀ ਕਰ ਸਕਦਾ ਹੈ ਰੋਹਿਤ ਨੇ ਮੱਛੀ ਨੂੰ ਪਾਣੀ ਵਿੱਚ ਤੈਰਦੇ ਵੇਖਿਆ ਉਹ ਹੈਰਾਨ ਸੀ ਕਿ ਮੱਛੀ ਆਸਾਨੀ ਨਾਲ ਪਾਣੀ ਵਿੱਚ ਤੈਰ ਸਕਦੀ ਹੈ ਇਸ ਦਾ ਕਾਰਨ ਕੀ ਹੈ ਸਹੀ ਵੀ ਗਲਤ ਦੀ ਚੋਣ ਕਰੋ ਕੀ ਹੈ ਵੀ ਜਿਹੜਾ ਉਸ ਦਾ ਸਰੀਰ ਆ ਉਹ ਧਾਰਾ ਰੇਖੀ ਸਰੀਰ ਹੁੰਦਾ ਹੈ ਸਾਡੇ ਸਰੀਰ ਵਿੱਚ ਪਛਲੀਆਂ ਛਾਤੀ ਦੀ ਹੱਡੀ ਅਤੇ ਰੀੜ ਦੀ ਹੱਡੀ ਨਾਲ ਜੁੜ ਕੇ ਛਾਤੀ ਦੀ ਹੱਡੀ ਅਤੇ ਰੀੜ ਦੀ ਹੱਡੀ ਨਾਲ ਜੁੜ ਕੇ ਇੱਕ ਬਾਕਸੇ ਦੀ ਰਚਨਾ ਕਰਦੀਆਂ ਹਨ ਇਸ ਬਾਕਸੇ ਦਾ ਨਾਮ ਕੀ ਹੈ ਵੀ ਪਛਲੀ ਪਿੰਜਰ ਇਸ ਬਕਸ ਨੂੰ ਅਸੀਂ ਕੀ ਬੋਲਦੇ ਹਾਂ ਪਸਲੀ ਪਿੰਜਰ ਬੋਲਦੇ ਹਾਂ ਗ੍ਰੇਖਾਂ ਨੇ ਵਿਖਿਆ ਕਿ ਗਡੋਏ ਦੀ ਗਤੀ ਵਿਸ਼ੇਸ਼ ਕਿਸਮ ਦੀ ਹੁੰਦੀ ਹੈ ਗਡੋਏ ਦੇ ਸਰੀਰ ਦਾ ਕਿਹੜਾ ਅੰਗ ਚਲਦੇ ਸਮੇਂ ਇਸ ਦੇ ਸਰੀਰ ਦੇ ਘਟਣ ਜਾਂ ਵਧਣ ਵਿੱਚ ਮਦਦ ਕਰਦਾ ਹੈ ਕਿਹੜਾ ਕਰਦਾ ਵੀ ਪੇਸ਼ੀਆਂ ਨੈਕਸਟ ਗਡੋਏ ਦੇ ਸਰੀਰ ਤੇ ਅਨੇਕ ਲੂਹੇ ਜਿਹੜੀ ਕਿ ਸਖਤ ਵਾਲਾਂ ਵਰਗੀ ਰਚਨਾ ਰਚਨਾਵਾਂ ਹੁੰਦੇ ਹਨ ਇਹਨਾਂ ਦਾ ਗਡੋਏ ਲਈ ਕੀ ਮਤਲਬ ਹੈ ਸਹੀ ਵਿਕਲਪ ਤੁਹਾਨੂੰ ਇਹ ਕੀ ਹੈ ਵੀ ਇਹ ਗੰਡੋਏ ਦੀ ਪਕੜਾ ਜਿਹੜੀ ਮਿੱਟੀ ਵਿੱਚ ਵਜੂਦ ਬਣਾਉਂਦੇ ਹਨ ਠੀਕ ਹੈ ਅੰਕਤਾਂ ਨੇ ਵਿਖਾਇਆ ਕੋ ਗਾ ਬਹੁਤ ਧੀਮੀ ਗਤੀ ਨਾਲ ਚਲਦਾ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਇਸ ਦਾ ਇਸ ਦੇ ਸਰੀਰ ਦਾ ਕਿਹੜਾ ਅੰਗ ਗਤੀ ਵਿੱਚ ਮਦਦ ਕਰਦਾ ਹੈ ਇਸ ਦੇ ਸਰੀਰ ਦਾ ਕਿਹੜਾ ਅੰਗ ਤਾਂ ਇਸ ਦੇ ਸਰੀਰ ਦਾ ਵੀ ਪੈਰ ਜਿਹੜੇ ਖੋਲ ਦੇ ਵਿੱਚੋਂ ਨਿਕਲਦੇ ਨੇ ਉਹ ਇਸ ਦੇ ਗਤੀ ਵਿੱਚ ਮਦਦ ਕਰਦੇ ਨੇ ਰਾਧਾ ਨੇ ਵਿਖਾਇਆ ਕਾਕਰਚ ਬੜੀ ਤੇਜ਼ ਗਤੀ ਨਾਲ ਚੱਲ ਸਕਦਾ ਕੀ ਤੁਸੀਂ ਦੱਸ ਸਕਦੇ ਹੋ ਕਿਸ ਦੇ ਪੈਰਾਂ ਦੀ ਸੰਖਿਆ ਕਿੰਨੀ ਹੈ ਕਿੰਨੀ ਹੁੰਦੀ ਹੈ ਵੀ ਇਸ ਦੇ ਪੈਰ ਤਿੰਨ ਜੋੜੇ ਇਸ ਦੇ ਪੈਰ ਹੁੰਦੇ ਹਨ ਇੱਥੇ ਕਿਹ ਮੇ ਜੋ ਕਿਹੜਾ ਜੀਵ ਹਵਾ ਵਿੱਚ ਉੱਡ ਸਕਦਾ ਕਿਹੜਾ ਉੱਡ ਸਕਦਾ ਵੀ ਕਾਕਰੋਚ ਕਾਕਰੋਚ ਦੇ ਦੋ ਜੋੜੇ ਖੰਭ ਵੀ ਹੁੰਦੇ ਨੇ ਠੀਕ ਹੈ ਤਾਂ ਉਸ ਕਰਕੇ ਉੱਡ ਸਕਦਾ ਹੈ ਇੱਕ ਜੋੜਾ ਸੋਰੀ ਸਾਹਿਲ ਨੇ ਆਪਣੇ ਅਧਿਆਪਕ ਨੂੰ ਪੁੱਛਿਆ ਕਿ ਖਾਣਾ ਖਾਂਦੇ ਸਮੇ ਸਾਡਾ ਉੱਪਰਲਾ ਜਵਾੜਾ ਗਤੀ ਕਿਉਂ ਨਹੀਂ ਕਰ ਕਰਦਾ ਕੀ ਤੁਸੀਂ ਦੱਸ ਸਕਦੇ ਹੋ ਕਿਸ ਕਿਸਮ ਦਾ ਜੋੜ ਹੈ ਵੀ ਉਪਰਲਾ ਜੋੜਾ ਗਤੀ ਨਹੀਂ ਕਰਦਾ ਠੀਕ ਹੈ ਉਪਰਲੇ ਇਸ ਨੇ ਫਿਕਸ ਹੁੰਦਾ ਤਾਂ ਸਥਿਰ ਜੋੜ ਹੈ ਵੀ ਠੀਕ ਹੈ ਕਿਹੜਾ ਜੋੜ ਹੈ ਸਥਿਰ ਜੋੜ ਤੁਸੀਂ ਵੱਖ-ਵੱਖ ਜੀਵਾਂ ਨੂੰ ਚਲਦੇ ਹੋਏ ਵੇਖਿਆ ਹੈ ਕੀ ਤੁਸੀਂ ਦੱਸ ਸਕਦੇ ਹੋ ਕਿ ਹੇਠ ਲਿਖਿਆਂ ਵਿੱਚੋਂ ਕਿਸ ਦੀ ਗਤੀ ਸਭ ਤੋਂ ਧੀਮੀ ਹੈ ਕਿਸ ਦੀ ਗਤੀ ਸਭ ਤੋਂ ਧੀਮੀ ਹੈ ਵੀ ਕੋਹ ਅੱਗੇ ਦੀ ਗਤੀ ਸਭ ਤੋਂ ਧੀਮੀ ਹੈ ਹੇਠ ਲਿਖਿਆਂ ਵਿੱਚੋਂ ਕਿਹੜਾ ਜੀਵ ਪਾਣੀ ਵਿੱਚ ਆਸਾਨੀ ਨਾਲ ਤੈਰ ਸਕਦਾ ਹੈ ਕੋਗਾ ਮੱਛੀ ਗੰਡੋਆ ਕਾਕਰਚ ਕਿਹੜਾ ਵੀ ਮੱਛੀ ਕਿਉਂਕਿ ਉਸਦਾ ਸਰੀਰ ਆ ਜਿਹੜਾ ਉਹ ਧਾਰਾ ਰੇਖੀ ਸਰੀਰ ਹੁੰਦਾ ਹੈ ਰਾਹੁਲ ਨੇ ਇੱਕ ਕਾਕਰੋਚ ਨੂੰ ਉੱਡਦੇ ਵੇਖਿਆ ਕਾਕਰੋਚ ਵਿੱਚ ਵਿਸ਼ੇਸ਼ ਪੇਸ਼ੀਆਂ ਹੁੰਦੀਆਂ ਹਨ ਜੋ ਉਸਦੇ ਉੱਡਣ ਵਿੱਚ ਸਹਾਇਤਾ ਕਰਦੀਆਂ ਹਨ ਇਹਨਾਂ ਪੇਸ਼ੀਆਂ ਦਾ ਨਾਮ ਕੀ ਹੈ ਵੀ ਸੀੜ ਦੀਆਂ ਪੇਸ਼ੀਆਂ ਹੁੰਦੀਆਂ ਇਹ ਮੇਨ ਛਾਤੀ ਦੀਆਂ ਪੇਸ਼ੀਆਂ ਹੁੰਦੀਆਂ ਠੀਕ ਹੈ ਵੀ ਨੈਕਸਟ ਹੈ ਆਪਣਾ ਕੁਐਸਚਨ ਤੁਸੀਂ ਸੱਪ ਨੂੰ ਗਤੀ ਕਰਦੇ ਜ਼ਰੂਰ ਵੇਖਿਆ ਹੋਗਾ ਸੱਪ ਦੀ ਗਤੀ ਬਾਰੇ ਕਿਹੜਾ ਕਥਨ ਸਹੀ ਹੈ ਈਵੀ ਇਸ ਦਾ ਜਿਹੜਾ ਸਰੀਰ ਆ ਉਸ ਦੀ ਇਹ ਕੁੰਡਲ ਬਣਾ ਕੇ ਧਾਤੀ ਤੇ ਕੀ ਹੈ ਰੇਂਗਦਾ ਹੈ ਠੀਕ ਹੈ ਉੱਡਣ ਸਮੇ ਪੰਛੀਆਂ ਦੇ ਕਿਹੜੇ ਅੰਗ ਪਰਵਰਤਤ ਹੋ ਕੇ ਉਹਨਾਂ ਦੇ ਖੰਭ ਬਣਾਉਂਦੇ ਹਨ ਕਿਹੜੇ ਵੀ ਅਗਲੇ ਪੈਰ ਦੀਆਂ ਛੱਡੀਆਂ ਹੁੰਦੀਆਂ ਨੇ ਉਹ ਫੈਲ ਕੇ ਉਹਨਾਂ ਦੇ ਖੰਭ ਬਣਾਉਂਦੇ ਨੇ ਪਰ ਇਹਨੇ ਵੇਖਿਆ ਕਿ ਮੱਛੀ ਤਰਦੇ ਸਮੇ ਤੇਜ਼ੀ ਨਾਲ ਦਿਸ਼ਾ ਬਦਲ ਸਕਦੀ ਹੈ ਉਸ ਦੇ ਸਰੀਰ ਦਾ ਕਿਹੜਾ ਅੰਗ ਤੈਰਦੇ ਸਮੇ ਪਾਣੀ ਵਿੱਚ ਸੰਤੁਲਨ ਅਤੇ ਦਿਸ਼ਾ ਨਿਰਦੇਸ਼ ਵਿੱਚ ਮਦਦ ਕਰਦਾ ਹੈ ਕਿਹੜਾ ਵੀ ਖੰਭ ਸਿਰ ਵਿਚਲਾ ਭਾਗ ਇਹਨਾਂ ਵਿੱਚੋਂ ਕੋਈ ਨਹੀਂ ਪਾਣੀ ਵਿੱਚ ਸੰਤੁਲਨ ਜਿਹੜਾ ਠੀਕ ਹੈ ਬਣਾਉਂਦਾ ਜਾਂ ਦਿਸ਼ਾ ਨਿਰਦੇਸ਼ ਵਿੱਚ ਮਦਦ ਕਰਦਾ ਉਹ ਹੁੰਦਾ ਉਹਦਾ ਪਿਛਲਾ ਭਾਗ ਜਿਹਨੂੰ ਅਸੀਂ ਪੂਛ ਬੋਲਦੇ ਹਾਂ ਠੀਕ ਹੈ ਨੈਕਸਟ ਰੇਖਾ ਨੇ ਕੋ ਗਰੀ ਬਠ ਤੇ ਇੱਕ ਬਣੀ ਰਚਨਾ ਦੇਖੀ ਜਿਸ ਨੂੰ ਖੋਲ ਕਹਿੰਦੇ ਹਨ ਇਸ ਬਾਰੇ ਹੇਠ ਲਿਖਿਆਂ ਵਿੱਚੋਂ ਕਿਹੜਾ ਕਥਨ ਸਹੀ ਹੈ ਇਹ ਜਿਹੜਾ ਖੋਲ ਆ ਇਹ ਹੱਡੀਆਂ ਦਾ ਨਹੀਂ ਬਣਿਆ ਹੁੰਦਾ ਠੀਕ ਹੈ ਖੋਲ ਹੱਡੀਆਂ ਦਾ ਨਹੀਂ ਬਣਿਆ ਹੁੰਦਾ ਗੁੰਡੋਇਆ ਆਪਣੇ ਰਸਤੇ ਵਿੱਚ ਆਉਣ ਵਾਲੀ ਮਿੱਟੀ ਨੂੰ ਖਾਂਦਾ ਹੈ ਉਸ ਦਾ ਸਰੀਰ ਅਣਪਚੇ ਪਦਾਰਥ ਨੂੰ ਬਾਹਰ ਕੱਢ ਦਿੰਦਾ ਹੈ ਗੁੰਡੋਏ ਵੱਲੋਂ ਕੀਤਾ ਗਿਆ ਇਹ ਕੰਮ ਮਿੱਟੀ ਵਿੱਚ ਕੀ ਪਰਿਵਰਤਨ ਲਿਆਉਂਦਾ ਹੈ ਕੀ ਲਿਆਉਂਦਾ ਵੀ ਗੁੰਡੋਏ ਮਿੱਟੀ ਨੂੰ ਕੀ ਕਰ ਦਿੰਦੇ ਨੇ ਅਪ ਜਾਓ ਠੀਕ ਹੈ ਗੁੰਡੋਏ ਨੂੰ ਫਿਲਟਰ ਕਾਗਜ਼ ਅਤੇ ਕੱਚ ਦੇ ਟੁਕੜੇ ਤੇ ਬਾਰੀ-ਬਾਰੀ ਰੱਖ ਕੇ ਉਸ ਦੀ ਚਾਲ ਦਾ ਨਰੀਖਣ ਕੀਤਾ ਗਿਆ ਇਸ ਦੀ ਚਾਲ ਸੰਬੰਧੀ ਹੇਠ ਲਿਖੇ ਵਿੱਚੋਂ ਕਿਹੜਾ ਵਿਕਲਪ ਹੈ ਜਿਹੜਾ ਉਹ ਸਹੀ ਹੈ ਕਿਹੜਾ ਸਹੀ ਹੈ ਵੀ ਕੱਚ ਦੇ ਮੁਕਾਬਲੇ ਫਿਲਟਰ ਕਾਗਜ਼ ਤੇ ਇਹ ਆਸਾਨ ਨਾਲ ਤੁਰ ਸਕਦਾ ਹੈ ਕਿਉਂਕਿ ਕੱਚ ਦੀ ਜਿਹੜੀ ਸਰਫੇਸ ਆ ਉੱਤੇਲ ਨਹੀਂ ਹੁੰਦੀ ਆ ਉੱਥੇ ਇਹਦੀ ਪਕੜ ਮਜ਼ਬੂਤ ਨਹੀਂ ਬਣਦੀ ਠੀਕ ਹੈ ਬੇਟਾ ਨੈਕਸਟ ਆਪਣਾ ਚੈਪਟਰ ਆ ਸੰਜੀਵ ਅਤੇ ਉਹਨਾਂ ਦਾ ਚੋਗਿਰਦਾ ਪਹਿਲਾ ਕੁਐਸਚਨ ਕਿਹੜਾ ਜੀਵ ਮਾਰੂਥਲੀਲੀ ਮਾਰੂਥਲੀਲੀ ਅਨੁਕੂਲਤਾ ਮਤਲਬ ਉੱਥੇ ਜ਼ਿਆਦਾਤਰ ਪਾਇਆ ਜਾਂਦਾ ਉੱਥੇ ਰਹਿ ਸਕਦਾ ਜਿਹੜਾ ਵੀ ਊਠ ਉੱਚੇ ਪਹਾੜਾਂ 'ਲੀ ਕਿਹੜਾ ਜੀਵਨ ਕੁਲਤ ਹੈ ਵੀ ਯਾਕ ਅਤੇ ਬੱਕਰੀ ਦੋਨੀਆਂ ਆ ਊੜਾ ਤੇ ਆੜਾ ਦੋਨੋਂ ਨੈਕਸਟ ਮਾਰੂਥਲ ਦੇ ਪੌਦੇ ਪਾਣੀ ਦੀ ਡੈਸ਼ ਕਰਦੇ ਹਨ ਬਹੁਤ ਘੱਟ ਵਰਤੋਂ ਕਰਦੇ ਨੇ ਠੀਕ ਹੈ ਪਾਣੀ ਦੀ ਬਹੁਤ ਘੱਟ ਵਰਤੋਂ ਕਰਦੇ ਨੇ ਬਹੁਤ ਘੱਟ ਵਰਤੋਂ ਹੋਊਗਾ ਇੱਥੇ ਪਾਣੀ ਵਾਲੇ ਜੰਤੂ ਸਾਹ ਲੈਣ ਲਈ ਆਕਸੀਜਨ ਡੈਸ਼ ਤੋਂ ਪ੍ਰਾਪਤ ਕਰਦੇ ਨੇ ਕਿੱਥੋਂ ਪ੍ਰਾਪਤ ਕਰਦੇ ਨੇ ਵੀ ਪਾਣੀ ਤੋਂ ਘੁਲੀ ਹੋਈ ਆਕਸੀਜਨ ਪਾਣੀ ਤੋਂ ਹੀ ਪ੍ਰਾਪਤ ਕਰਦੇ ਨੇ ਊਠ ਦਾ ਉਹ ਕਿਹੜਾ ਗੁਣ ਹੈ ਜਿਹੜਾ ਉਸ ਨੂੰ ਮਾਰੂਥਲ ਦੇ ਅਨੁਕੂਲ ਬਣਾਉਂਦਾ ਹੈ ਕੀ ਵੀ ਉਹ ਘੱਟ ਮਾਤਰਾ ਵਿੱਚ ਮੂਤਰ ਤਿਆ ਕਰਦੇ ਹਨ ਇਹ ਵੀ ਸਹੀ ਹੈ ਠੀਕ ਹੈ ਉਹਨਾਂ ਦਾ ਮਲ ਖੁਸ਼ਕ ਹੁੰਦਾ ਇਹ ਵੀ ਸਹੀ ਹੈ ਪਸੀਨਾ ਨਹੀਂ ਹੁੰਦਾ ਇਹ ਵੀ ਸਹੀ ਹੈ ਮਤਲਬ ਇਹ ਸਾਰੇ ਠੀਕ ਹੈ ਬੇਟਾ ਮੱਛੀ ਦਾ ਮੱਛੀ ਦੇ ਸਰੀਰ ਦਾ ਕਿਹੜਾ ਗੁਣ ਉਸ ਨੂੰ ਪਾਣੀ ਵਿੱਚ ਘੱਟ ਰੁਕਾਵਟ ਨਾਲ ਗਤੀ ਵਿੱਚ ਸਹਾਇਤਾ ਕਰਦਾ ਹੈ ਕਿਹੜਾ ਵੀ ਉਸ ਦਾ ਧਾਰਾ ਰੇਖਿਤ ਸਰੀਰ ਮੱਛੀ ਦੇ ਸਰੀਰ ਦਾ ਕਿਹੜਾ ਗੁਣ ਉਸ ਨੂੰ ਪਾਣੀ ਵਿੱਚ ਘੱਟ ਰਿਗਾਵਟ ਨਾਲ ਗਤੀ ਕਰਨ ਵਿੱਚ ਸਹਾਇਤਾ ਕਰਦਾ ਹੈ ਗਤੀ ਕਰਨ ਵਿੱਚ ਸਹਾਇਤਾ ਕਰਦਾ ਜਿਹੜਾ ਉਸ ਦਾ ਧਾਰਾ ਰਿਕ ਸਰੀਰ ਹੀ ਹੈ ਠੀਕ ਹੈ ਵੀ ਮੱਛੀ ਦੇ ਸਰੀਰ ਦੀ ਕਿਹੜੀ ਰਚਨਾ ਉਸ ਨੂੰ ਸੁਰੱਖਿਆ ਪ੍ਰਦਾਨ ਕਰਦੀ ਹੈ ਉਸ ਦੇ ਚੀਕਨੇ ਸਕੇਲ ਠੀਕ ਹੈ ਮੱਛੀ ਦੇ ਸਰੀਰ ਦੀ ਕਿਹੜੀ ਰਚਨਾ ਉਸ ਨੂੰ ਦਿਸ਼ਾ ਪਰਿਵਰਤਨ ਵਿੱਚ ਸਹਾਇਤਾ ਕਰਦੀ ਹੈ ਵੀ ਦਿਸ਼ਾ ਪਰਿਵਰਤਨ ਵਿੱਚ ਕਿਹੜਾ ਸਹਾਇਤਾ ਕਰਦੀ ਹੈ ਉਸ ਦੀ ਪੂੰਛ ਤੋ ਪਿਛਲਾ ਹਿੱਸਾ ਜਿਸੇ ਸજીਵ ਦੇ ਚੌਗਰਦੇ ਨੂੰ ਅਸੀਂ ਉਸ ਦਾ ਕੀ ਬੋਲਦੇ ਹਾਂ ਨਿਵਾਸ ਸਥਾਨ ਜਾਂ ਆਵਾਸ ਬੋਲਦੇ ਹਾਂ ਠੀਕ ਹੈ ਉਹ ਵਿਸ਼ੇਸ਼ ਸਰੀਰਕ ਰਚਨਾਵਾਂ ਜੋ ਕਿਸੇ ਪੌਦੇ ਜਾਂ ਜੰਤੂ ਨੂੰ ਉਸ ਦੇ ਚੌਗਰਦੇ ਵਿੱਚ ਰਹਿਣ ਦੇ ਯੋਗ ਬਣਾਉਂਦੀਆਂ ਹਨ ਉਸ ਨੂੰ ਅਸੀਂ ਕੀ ਬੋਲਦੇ ਹਾਂ ਵੀ ਅਨੁਕੂਲਨ ਵੀ ਉਹ ਜਿਹੜਾ ਕੋਈ ਜੀਵ ਹੈ ਕੋਈ ਵੀ ਪੌਦਾ ਜੰਤੂ ਹੈ ਉਸ ਇਲਾਕੇ ਵਿੱਚ ਰਹਿਣ ਦੇ ਅਨੁਕੂਲ ਹੋ ਗਿਆ ਠੀਕ ਹੈ ਜੀ ਜਾਲ ਆਵਾਸ ਵਿੱਚ ਕੀ ਸ਼ਾਮਲ ਹੈ ਤਲਾਹ ਦਲਦਲ ਨਦੀਆਂ ਸਮੁੰਦਰ ਇਹ ਵੀ ਸ਼ਾਮਲ ਨੇ ਇਹ ਵੀ ਸ਼ਾਮਲ ਮਤਲਬ ਊੜਾ ਤੇ ਆੜਾ ਦੋਨੋਂ ਸਸਾ ਆਪਸ਼ਨ ਸਹੀ ਆ ਜੂ ਪੌਦਿਆਂ ਪੌਦੇ ਅਤੇ ਜੰਤੂਆਂ ਕਿਸ ਆਵਾਸ ਦੇ ਘਟਕ ਹਨ ਓਂ ਜੀ ਬੇਟਾ ਇਸ ਦਾ ਆਨਸਰ ਹੈ ਕਿਸੇ ਆਵਾਸ ਦੇ ਜੈਵਿਕ ਘਟਕ ਹਨ ਰਾਹੁਲ ਨੇ ਮਾਰੂਥਲ ਵਿੱਚ ਚੂਹਿਆਂ ਤੇ ਸੱਪਾਂ ਨੂੰ ਧਰਤੀ ਅੰਦਰ ਖੁੱਡਾਂ ਵਿੱਚੋਂ ਨਿਕਲਦੇ ਵੇਖਿਆ ਤਾਂ ਉਸਨੇ ਇਸ ਦਾ ਕਾਰਨ ਪਿਤਾ ਜੀ ਕੋਲ ਪੁੱਛਿਆ ਤਾਂ ਪਿਤਾ ਜੀ ਨੇ ਦੱਸਿਆ ਕਿ ਉਹ ਡੈਸ਼ ਲਈ ਇਸ ਤਰ੍ਹਾਂ ਕਰਦੇ ਨੇ ਕਿਸ ਤਰ੍ਹਾਂ ਕਰਦੇ ਨੇ ਵੀ ਗਰਮੀ ਤੋਂ ਬਚਣ ਲਈ ਕਿਉਂਕਿ ਖੁੱਡਾਂ ਅੰਦਰ ਤਾਪਮਾਨ ਘਟ ਹੁੰਦਾ ਹੈ ਮਤਲਬ ਊੜਾ ਤੇ ਈੜੀ ਦੋਨੋਂ ਮਾਰੂਥਲੀ ਪੌਦਿਆਂ ਦੇ ਪੱਤੇ ਡੈਸ਼ ਹੁੰਦੇ ਨੇ ਜਿਹੜੇ ਹੁੰਦੇ ਨੇ ਵੀ ਕੰਡਿਆ ਰੂਪੀ ਹੁੰਦੇ ਨੇ ਤੇ ਬਹੁਤ ਛੋਟੇ ਹੁੰਦੇ ਆ ਆੜਾ ਤੇ ਈੜੀ ਆਪਸ਼ਨ ਜਿਹੜੀ ਸਾਡੀ ਦੋਨੋਂ ਸਹੀ ਹੈ ਮਤਲਬ ਸ ਸਹੀ ਹੈ ਤਾਂ ਬੇਟਾ ਨੈਕਸਟ ਅਪਨਾ ਚੈਪਟਰ ਹੈ 10ਵਾਂ ਚੈਪਟਰ ਗਤੀ ਅਤੇ ਦੂਰੀਆਂ ਦਾ ਮਾਪਨ ਇਹਦੇ ਵਿੱਚ ਪਹਿਲਾ ਹੈ ਜਦੋਂ ਕੋਈ ਵਸਤੂ ਆਪਣੇ ਆਲੇ-ਦੁਆਲੇ ਬ੍ਰਾਮ ਵਾਸਤਾ ਵਿੱਚ ਪੰਜਾਂ ਵਸਤੂਆਂ ਦੇ ਅਨੁਸਾਰ ਸਮੇਂ ਨਾਲ ਆਪਣੀ ਸਥਿਤੀ ਬਦਲਦੀ ਹੈ ਤਾਂ ਵਸਤੂ ਨੂੰ ਕਿਹਾ ਜਾਂਦਾ ਵੀ ਉਹ ਗਤੀ ਵਿੱਚ ਹੈ ਠੀਕ ਹੈ ਆਪਣੇ ਆਲੇ-ਦੁਆਲੇ ਪੰਜਾਂ ਵਸਤੂਆਂ ਦੇ ਮੁਕਾਬਲੇ ਉਹ ਆਪਣੀ ਸਥਿਤੀ ਹੈ ਜਿਹੜੀ ਉਹ ਬਦਲਦੀ ਹੈ ਉਸ ਨੂੰ ਅਸੀਂ ਕਹਿੰਦੇ ਹਾਂ ਵੀ ਉਹ ਵਸਤੂ ਗਤੀ ਵਿੱਚ ਹੈ ਲੰਬਾਈ ਨੂੰ ਮਾਪਣ ਦੀ ਮਿਆਰੀ ਇਕਾਈ ਕੀ ਹੈ ਬੇਟਾ ਮੀਟਰ ਹੈ ਸਟੈਂਡਰਡ ਯੂਨਟ 1 ਕਿ ਮੀਟਰ ਵਿੱਚ ਕਿੰਨੇ ਸੈਂਟੀਮੀਟਰ ਹੁੰਦੇ ਹਨ 100 ਸੈਂਟੀਮੀਟਰ ਹੁੰਦੇ ਹਨ 1 ਕਿਲੋਮੀਟਰ ਵਿੱਚ ਕਿੰਨੇ ਮੀਟਰ ਹੁੰਦੇ ਹਨ ਬੇਟਾ 1000 ਮੀਟਰ ਹੁੰਦੇ ਹਨ ਜਦੋਂ ਕੋਈ ਵਸਤੂ ਸਿੱਧੀ ਰੇਖਾ ਵਿੱਚ ਗਤੀ ਕਰਦੀ ਹੈ ਤਾਂ ਉਸ ਸਮੇਂ ਵਸਤੂ ਕਿਸ ਕਿਸਮ ਦੀ ਗਤੀ ਵਿੱਚ ਹੁੰਦੀ ਹੈ ਵੀ ਸਰਲ ਰੇਖੀ ਗਤੀ ਠੀਕ ਹੈ ਦਿੱਲੀ ਤੋਂ ਕੰਨਿਆ ਕੁਮਾਰੀ ਤੱਕ ਦੀ ਦੂਰੀ ਨੂੰ ਫੀਟ ਲਿਖਿਆਂ ਵਿੱਚੋਂ ਕਿਸ ਇਕਾਈ ਵਿੱਚ ਮਾਪਿਆ ਜਾਂਦਾ ਹੈ ਕਿਲੋਮੀਟਰ ਦੇ ਵਿੱਚ ਕਿਉਂਕਿ ਉਹ ਦੂਰੀ ਜ਼ਿਆਦਾ ਹੈ ਨੈਕਸਟ ਪੁਰਾਣੇ ਸਮੇਂ ਵਿੱਚ ਕਿਸ ਪੈਮਾਨੇ ਨੂੰ ਲੰਬਾਈ ਮਾਪਣ ਦੇ ਤੌਰ ਤੇ ਵਰਤਿਆ ਨਹੀਂ ਜਾਂਦਾ ਸੀ ਫੁੱਟ ਨੂੰ ਜੱਟ ਨੂੰ ਉਂਗਲ ਦੀ ਚੜਾਈ ਨੂੰ ਰੂਲਰ ਨੂੰ ਸਕੇਲ ਨੂੰ ਇਸ ਨੂੰ ਨਹੀਂ ਵਰਤਿਆ ਜਾਂਦਾ ਸੀ ਵੀ ਇਹ ਨਵਾਂ ਤਰੀਕਾ ਆ ਗਿਆ ਠੀਕ ਹੈ ਸਕੇਲ ਨੂੰ 1 ਸੈਂਟੀਮੀਟਰ ਵਿੱਚ ਕਿੰਨੇ ਮਿਲੀਮੀਟਰ ਹੁੰਦੇ ਹਨ 1 ਸੈਂਟੀਮੀਟਰ ਵਿੱਚ 10 ਮਿਲੀਮੀਟਰ ਹੁੰਦੇ ਹਨ ਈਡੀ ਆਪਸ਼ਨ ਸਾਡੀ ਸਹੀ ਆਊਗੀ ਜੇਕਰ ਕਿਸੇ ਵਸਤੂ ਦੀ ਲੰਬਾਈ ਮਾਪਣ ਵੇਲੇ ਉਸ ਦੇ ਇੱਕ ਸਿਰੇ ਦੀ ਰੀਡਿੰਗ ਪੜਤਾ ਜਿਹੜੀ ਉਹ 1 ਸੈਂਟੀਮੀਟਰ ਹੋਵੇ ਤੇ ਅੰਤਲੇ ਸਿਰੇ ਫੀਟਿੰਗ ਦੀ ਰੀਡਿੰਗ ਹੈ ਜਿਹੜੀ 14.3 ਹੋਵੇ ਤਾਂ ਵਸਤੂ ਦੀ ਲੰਬਾਈ ਕਿਵੇਂ ਨਿਕਲੂਗੀ ਵੀ ਇਹਨਾਂ ਦੀ ਘਟਾ ਕੇ ਮਤਲਬ 14.3 ਦੇ ਵਿੱਚੋਂ ਅਸੀਂ 1.0 ਮਾਈਨਸ ਕਰ ਦਾਂਗੇ ਤਾਂ ਸਾਡਾ ਆ ਜਾਊਗਾ 13. ਦਨ ਸੈਂਟੀਮੀਟਰ 13.3 ਸੈਂਟੀਮੀਟਰ ਹਰਜੀਤ ਇੱਕ ਬਾਕਸੇ ਦੀ ਲੰਬਾਈ ਦਾ ਮਾਪ ਲੈਣਾ ਚਾਹੁੰਦਾ ਹੈ ਇਸ ਕੰਮ ਲਈ ਉਸ ਨੂੰ ਕਿਹੜੀ ਇਕਾਈ ਹੈ ਜਿਹੜੀ ਉਹ ਵਰਤਣੀ ਚਾਹੀਦੀ ਹੈ ਠੀਕ ਹੈ ਵੀ ਉਹ ਇੱਕ ਬਾਕਸੇ ਦੀ ਲੰਬਾਈ ਦਾ ਜਿਹੜਾ ਮਾਪ ਉਹ ਲੈਣਾ ਚਾਹੁੰਦਾ ਹੈ ਤਾਂ ਉਸ ਨੂੰ ਕਿਹੜੀ ਇਕਾਈ ਹੈ ਜਿਹੜੀ ਉਹ ਵਰਤਣੀ ਚਾਹੀਦੀ ਹੈ ਕਿਹੜੀ ਜਿਹੜੀ ਇਹਨੂੰ ਕਹਿ ਲਈਏ ਵਰਤਣੀ ਚਾਹੀਦੀ ਹੈ ਵੀ ਮੀਟਰ ਵਰਤ ਸਕਦਾ ਠੀਕ ਹੈ ਬਸ ਤਾਂ ਕਿਸੇ ਜੀ ਵੀ ਮਾਪੀ ਜਾ ਸਕਦੀ ਹੈ ਫੁੱਟੇ ਵੀ ਮਾਪੀ ਜਾ ਸਕਦੀ ਹੈ ਪਰ ਜ਼ਿਆਦਾ ਟੁਕਮੀ ਹੈ ਜਿਹੜੀ ਉਹ ਮੀਟਰ ਹੋਣ ਵਰਤੀ ਜਾਂਦੀ ਇਹਨਾਂ ਵਿੱਚੋਂ ਕਿਹੜਾ ਸਹੀ ਹੈ 10 ਮਿਲੀਮੀਟਰ ਬਰਾਬਰ 1 ਮੀਟਰ ਦੇ 100 ਸੈਂਟੀਮੀਟਰ ਬਰਾਬਰ 1 ਮੀਟਰ ਦੇ 100 ਮੀਟਰ ਬਰਾਬਰ 1 ਕਿਲੋਮੀਟਰ ਦੇ 10000 ਮੀਟਰ ਬਰਾਬਰ 1 ਕਿਲੋਮੀਟਰ ਦੇ ਕਿਹੜਾ ਸਹੀ ਆ ਵੀ 1 ਮੀਟਰ ਦੇ ਵਿੱਚ 100 ਸੈਂਟੀਮੀਟਰ ਦੇ ਹਨ ਦੂਸਰੀ ਆਪਸ਼ਨ ਸਾਡੀ ਸਹੀ ਹੈ ਇਡਲੀਕਾ ਵਿੱਚ ਜੋ ਕਿਹੜੀ ਦੂਰੀ ਦੀ ਇਕਾਈ ਨਹੀਂ ਹੈ ਮੀਟਰ ਵੀ ਹੈ ਫੁੱਟ ਵੀ ਆ ਕਿਲੋਮੀਟਰ ਵੀ ਆ ਕਿਲੋਗ੍ਰਾਮ ਆ ਜਿਹੜੀ ਦੂਰੀ ਦੀ ਇਕਾਈ ਨਹੀਂ ਆ ਇਹ ਕਿਹਦੀ ਇਕਾਈ ਆ ਵੀ ਭਾਰ ਦੀ ਇਕਾਈ ਆ ਪੁੰਜ ਦੀ ਇਕਾਈ ਆ ਠੀਕ ਹੈ ਸਮੇਂ ਦੀ ਐਸਆਈ ਯੂਨਿਟ ਐਸਆਈ ਕਹੀ ਕੀ ਹੈ ਸਮੇਂ ਦੀ ਸੈਕਿੰਡ ਹੈ ਐਸਆਈ ਸਟੈਂਡਰਡ ਇਕਾਈ ਮਿਆਰੀ ਇਕਾਈ ਸਮੇਂ ਦੀ ਕੀ ਆ ਵੀ ਸੈਕਿੰਡ ਹੈ ਇਡਲੀਕਾ ਵਿੱਚ ਜੋ ਕਿਹੜੀ ਮਾਪ ਦੀ ਪ੍ਰਾਤਨ ਇਕਾਈ ਨਹੀਂ ਹੈ ਕਿਹੜੀ ਮਾਪ ਦੀ ਪ੍ਰਾਤਨ ਇਕਾਈ ਨਹੀਂ ਆ ਅੰਗੂਲ ਕਿਊਬਟਾ ਕਿਰਾ ਕਿਹੜੀ ਨਹੀਂ ਆ ਵੀ ਮੀਟਰ ਇਹ ਪ੍ਰਾਤਨ ਇਕਾਈ ਨਹੀਂ ਹੈ ਇਹ ਹੁਣ ਦੀ ਇਕਾਈ ਹੈ ਬਾਰਡਰ ਨਾ ਠੀਕ ਹੈ ਬੇਟਾ ਤਾਂ ਇਹ ਸੀਗੇ ਸਾਡੇ ਤਿੰਨ ਚੈਪਟਰ ਆਪਾਂ ਡਿਸਕਸ ਕੀਤੇ ਅੱਜ ਦੀ ਵੀਡੀਓ ਵਿੱਚ ਤੁਹਾਡੇ ਸਾਇੰਸ ਦੇ ਜਿਹਦੇ ਵਿੱਚ ਆਪਾਂ ਉਹਨਾਂ ਦੀਆਂ ਵਰਕਸ਼ੀਟਾਂ ਦਾ ਹੱਲ ਤੁਹਾਡੇ ਲਈ ਦੇਖਿਆ ਹੈ ਤੇ ਮੈਨੂੰ ਉਮੀਦ ਆ ਤੁਹਾਨੂੰ ਇਹ ਸਮਝ ਆ ਗਿਆ ਹੋਵੇਗਾ ਥੈਂਕ ਯੂ ਬੇਟਾ